जिस तरह से आज जो एक अकाल तख्त की ओर से कहा गया है कि 15 दिन के अंदर जवाब दें, कैसे देखते हैं आप? देखो, जो अकाल तख्त साहिब है ये हमारी सर्वोच्च स्थान भी है और अदालत भी है, और हर सिख जो है उसका सत्कार करता है। और जिहड़ा फैसला अज अकाल तख्त साहिब वालों लिया गया, बहुत अच्छा फैसला है, मैं उहदा सन्मान करदा। अज उहनां लोकां नूं मैं इह गल कहिणी चाहुंदा जिहड़े पिछले समें च सिक्खी दे विरोध दे विच ते आपसी धड़ेबंदियां दे विच आ के अकाल तख्त साहिब नूं निंदे सी, ਕਹਿੰਦੇ ਵੀ ਅਕਾਲ ਤਖ਼ਤ ਸਾਹਿਬ ਕਿਸੇ ਇੱਕ ਪਰਿਵਾਰ ਦੇ ਪ੍ਰਭਾਵ ਹੇਠਾ, ਅਕਾਲ ਤਖ਼ਤ ਸਾਹਿਬ ਜਿਹੜਾ ਵਾ ਉਹ ਕਿਸੇ ਪਾਰਟੀ ਦੇ ਪ੍ਰਭਾਵ ਹੇਠਾ। ਅੱਜ ਤੁਸੀਂ ਵੇਖੋ ਕਿ ਅਕਾਲ ਤਖ਼ਤ ਸਾਹਿਬ ਨੇ ਇੱਕ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਵੀ 15 ਦਿਨਾਂ 'ਚ ਦਿਓ। ਇਹ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਹੈ, ਇਹ ਉਹਦੀ ਵਿਲੱਖਣਤਾ ਜਿਹੜੀ ਕਿ ਪਿਛਲੇ ਸਮੇਂ 'ਚ ਬਣੀ ਹੋਈ ਆ। ਸਿਰਫ ਲੋਕ, ਕਿਉਂਕਿ ਇੰਦਰਾ ਨੇ ਅਕਾਲ ਤਖ਼ਤ ਹਟਾਇਆ ਸੀ, ਇਸ ਤਰ੍ਹਾਂ ਹੀ ਸਾਡੇ ਪਹਿਰਾਵੇ ਵਿੱਚ ਲੋਕ ਜਿਹੜੇ ਆ ਉਹ ਅਕਾਲ ਤਖ਼ਤ ਨੂੰ ਨੀਵਾਂ ਦਿਖਾਉਣਾ ਚਾਹੁੰਦੇ। ਸੋ ਇਸ ਕਰਕੇ ਇਹ ਗੱਲ ਅੱਜ ਸਾਨੂੰ ਸਾਰਿਆਂ ਨੂੰ ਮੰਨਣੀ ਚਾਹੀਦੀ ਆ ਕਿ ਅਕਾਲ ਤਖ਼ਤ ਸਾਹਿਬ ਆਪਣੀ ਡਿਊਟੀ ਸਹੀ ਨਿਭਾ ਰਹੇ। ਦੂਸਰੀ ਗੱਲ ਜਿਹੜੀ ਕਿ ਜਿਵੇਂ ਬਾਗੀ ਕੁਛ ਅਕਾਲੀ ਨੇਤਾ ਵਾ ਜਿਨ੍ਹਾਂ ਨੇ ਪੂਰੀ ਮਲਾਈ ਖਾਧੀ ਅਕਾਲੀ ਦਲ ਵਿੱਚ ਨਾਲ ਰਹੇ, 5-6 ਇਲੈਕਸ਼ਨਾਂ ਜਿਹੜੀਆਂ ਲਗਾਤਾਰ 15, 17, 19, 22, 24 ਉਹ ਸਾਰੇ ਇਕੱਠੇ ਰਹੇ, ਅਤੇ ਅੱਜ ਉਹਨਾਂ ਦੀ ਜ਼ਮੀਰ ਜਾਗ ਗਈ ਹੈ ਕਿਉਂਕਿ ਉਹ ਕਿਸੇ ਦੇ ਇਸ਼ਾਰੇ 'ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਏਜੰਡਾ ਲੈ ਕੇ ਚੱਲ ਰਹੇ ਨੇ। ਉਹ ਅਕਾਲ ਤਖ਼ਤ ਸਾਹਿਬ 'ਤੇ ਜਾਂਦੇ ਆ, ਇੱਕ ਪੱਤਰ ਦਿੰਦੇ ਆ, ਪੱਤਰ ਦੇਣਾ ਮਾੜੀ ਗੱਲ ਨਹੀਂ, ਆਪਣੀ ਕੀਤੀ ਗਲਤੀ ਨੂੰ ਮਾਫ਼ ਕਰਨਾ ਭਾਵਨਾ ਨਾਲ ਮਾੜੀ ਗੱਲ ਨਹੀਂ, ਪਰ ਉਹ ਉੱਥੇ ਜਾ ਕੇ ਇਹਦੇ ਨਾਲ ਇੱਕ ਗੱਲ ਕਰਦੇ ਆ ਕਿ ਆਹ ਬੰਦਾ ਵਾ ਜਿਹੜਾ ਪਾਰਟੀ ਦਾ ਪ੍ਰਧਾਨ ਆ ਇਹ ਦੋਸ਼ੀ ਆ। ਸੋ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪਹਿਲਾਂ ਪਾਰਟੀ ਨੇ ਜਿਵੇਂ ਫੈਸਲਾ ਕੀਤਾ ਸੀ, ਮਾਫ਼ੀਆਂ ਮੰਗੀਆਂ ਗਈਆਂ, ਜੋ ਵੀ ਸਪਸ਼ਟੀਕਰਨ ਦਿੱਤੇ ਗਏ, ਪਰ ਅਕਾਲੀ ਦਲ ਕਿਤੇ ਵੀ ਅਕਾਲ ਤਖ਼ਤ ਸਾਹਿਬ ਤੋਂ ਦੂਰ ਨਹੀਂ ਹੈ, ਅਕਾਲ ਤਖ਼ਤ ਸਾਹਿਬ ਤੋਂ ਬੇਮੁਖ ਨਹੀਂ ਹੈ। ਸੋ ਉਹਨਾਂ ਨੇ ਭਾਵੇਂ ਰਾਜਨੀਤੀ ਖੇਡੀ ਆ, ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ, ਇੱਕ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਇਹ ਗੱਲ ਕਲੀਅਰ ਕਰਦਾ ਕਿ ਹਰ ਅਕਾਲੀ ਵਰਕਰ ਜਿਹੜਾ ਵਾ ਉਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆ। ਜਿਹੜਾ ਉਹਨਾਂ ਨੇ ਫੈਸਲਾ ਕੀਤਾ, ਅਸੀਂ ਪੂਰਾ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਹਾਂ, ਮੈਂ ਵਰਕਰ ਹੋਣ ਦੇ ਨਾਤੇ, ਭਾਵੇਂ ਪਾਰਟੀ ਪ੍ਰਧਾਨ ਇੱਥੇ ਦਫ਼ਤਰ ਵਿੱਚ ਨਹੀਂ ਹੈ, ਮੈਂ ਚੰਡੀਗੜ੍ਹ ਆਇਆ ਸੀ, ਪਰ ਅਸੀਂ ਪੂਰਾ ਇਹ ਦੇਖਦੇ ਹਾਂ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਇਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਵਿੱਚ ਆਪਣਾ ਸਪਸ਼ਟੀਕਰਨ ਜੋ ਉਹਨਾਂ ਨੇ ਮੰਗਿਆ ਉਹ ਦੇਣਗੇ। ਪਰ ਉਹਨਾਂ ਲੋਕਾਂ ਦੇ ਮੂੰਹ 'ਤੇ ਇੱਕ ਚਪੇੜ ਆ ਕਿ ਜਿਹੜੇ ਅਕਾਲ ਤਖ਼ਤ ਤੋਂ ਦੂਰ ਕਰ ਰਹੇ ਸੀ, ਪ੍ਰਧਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਅੱਜ ਪ੍ਰਧਾਨ ਇਸ ਗੱਲ ਨੂੰ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਕਰ ਦੇਗਾ, ਉਹਨਾਂ ਦੇ ਲੋਕਾਂ ਦੇ ਮੂੰਹ 'ਤੇ ਚਪੇੜ ਹੋਏਗੀ ਕਿ ਕੋਈ ਵੀ ਪਾਰਟੀ ਅਕਾਲੀ ਦਲ ਦਾ ਵਰਕਰ ਜਾਂ ਲੀਡਰ ਅਕਾਲ ਤਖ਼ਤ ਤੋਂ ਕਿਤੇ ਵੀ ਦੂਰ ਨਹੀਂ ਹੈ। ਗਰੇਵਾਲ ਸਾਹਿਬ, ਜਿਸ ਤਰ੍ਹਾਂ ਸੇ ਉਨਕੀ ਔਰ ਸੇ ਕਹਾ ਜਾ ਰਹਾ ਹੈ ਕਿ ਕਾਰਪੋਰੇਟ ਕਲਚਰ ਆ ਗਿਆ ਹੈ ਪਾਰਟੀ ਕੇ ਅੰਦਰ, ਉਸਕੋ ਕਿਸ ਤਰ੍ਹਾਂ ਸੇ ਦੇਖਤੇ ਹੈ? ਇਹ ਕਾਰਪੋਰੇਟ ਕਲਚਰ ਉਹ ਆਪ ਜਿਹੜੇ ਕਾਰਪੋਰੇਟ ਕਲਚਰ 'ਚ ਚੱਲ ਰਹੇ ਨੇ ਅਤੇ ਉਸ ਉਹ ਉਹਨਾਂ ਨੂੰ ਸਾਰਾ ਕਾਰਪੋਰੇਟ ਕਲਚਰ ਦਿਸਦਾ। ਹੁਣ ਜਿਹੜੇ ਮਲੂਕਾ ਸਾਹਿਬ ਉਹਨਾਂ ਦਾ ਕਾਰਪੋਰੇਟ ਕਲਚਰ ਇਹੀ ਹੈ ਨਾ ਕਿ ਉਹਨਾਂ ਨੇ ਆਪਣੀ ਕਿਨਾ ਨੂੰਹ ਰਾਣੀ ਨੂੰ ਮੇਰੇ ਲਈ ਸਤਿਕਾਰਯੋਗ ਆ ਅਤੇ ਆਪਣੇ ਬੇਟੇ ਨੂੰ ਉਹ ਭੇਜ ਰਹੇ ਆ ਬੀਜੇਪੀ ਦੇ ਵਿੱਚ, ਉੱਥੇ ਇਲੈਕਸ਼ਨ ਲੜਵਾ ਰਹੇ ਨੇ ਅਤੇ ਆਪ ਗੁਣਗਾਨ ਕਰ ਰਹੇ ਨੇ ਇਲੈਕਸ਼ਨ ਤੋਂ 2 ਦਿਨ ਪਹਿਲਾਂ। ਇਹ ਕਿਹੜਾ ਇਹ ਕਾਰਪੋਰੇਟ ਕਲਚਰ ਨਹੀਂ? ਜਿਹੜਾ ਚੰਦੂ ਮਾਜਰਾ ਸਾਹਿਬ ਕਹਿੰਦੇ ਮੈਂ ਟਿਕਟ ਲਊਂਗਾ, ਮੇਰਾ ਇੱਕ ਮੁੰਡਾ ਵੀ ਟਿਕਟ ਲਊ, ਮੇਰਾ ਦੂਜਾ ਵੀ ਟਿਕਟ ਲਊ, ਇਹ ਕੀ ਇਹ ਕਾਰਪੋਰੇਟ ਕਲਚਰ ਨਹੀਂ? ਆਪਣੀ ਪੀੜ੍ਹੀ ਥੱਲੇ ਕੋਈ ਨਹੀਂ ਸੋਟਾ ਮਾਰਦਾ, ਇਹ 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 ਜ਼ਰੂਰਤ ਹਰੇਕ ਵਿੱਚ ਨਹੀਂ ਹੁੰਦੀ ਗੀ। ਉਹ ਅਸੀਂ ਕਿਹਾ ਵੀ ਉਹਨਾਂ ਨੇ ਆਪਣੀ ਪੱਖ ਜਿਹੜੀ ਰੱਖੀ ਆ, ਆਉਣ ਵਾਲੇ ਦਿਨਾਂ ਵਿੱਚ ਇਹ ਗੱਲ ਕਲੀਅਰ ਹੋ ਜਾਏਗੀ। ਕਿਆ ਸਮਝ ਲਿਆ ਜਾਏ ਕਿ ਅਬ ਉਹ ਬਿਲਕੁਲ ਅਕਾਲੀ ਦਲ ਸੇ ਅਲਗ ਹੋ ਚੁੱਕੇ ਹੈ, ਕੋਈ ਵੀ ਸੰਭਾਵਨਾ ਨਹੀਂ ਹੈ ਕਿ ਉਹ ਦੁਬਾਰਾ ਸੇ ਯਹਾਂ ਆਏਗੇ? ਇਹ ਗੱਲ ਤਾਂ ਤੁਹਾਡੇ ਸਾਹਮਣੇ ਆ ਗਈ ਆ ਕਿ ਉਹਨਾਂ ਨੇ ਆਖਿਆ ਵੀ ਅਸੀਂ ਪ੍ਰਧਾਨ ਨੂੰ ਲਾਉਣਾ, ਅੱਜ ਫਿਰ ਉਹਨੇ ਜਿਹੜੀ ਮੀਟਿੰਗ ਕੀਤੀ ਵਿੱਚ ਐਲਾਨ ਕੀਤਾ ਕਿ ਅਸੀਂ ਤਾਂ ਪ੍ਰਧਾਨ ਨੂੰ ਲਾਉਣਾ ਚਾਹੁੰਦੇ ਹਾਂ, ਤੇ ਲਾ ਕੇ ਉਹ ਕਹਿੰਦੇ ਵੀ ਲੋਕਾਂ ਜਾਣਾ ਚਾਹੁੰਦੇ ਤੇ ਉਹ ਆਪਣਾ ਅਕਾਲੀ ਦਲ ਇਸ ਤਰ੍ਹਾਂ ਦੇ ਬੜੇ ਅਕਾਲੀ ਦਲ ਬਣੇ ਹੈਗੇ। ਢੀਂਡਸਾ ਸਾਹਿਬ ਨੇ ਬਣਾਇਆ, ਬ੍ਰਹਮਪੁਰਾ ਸਾਹਿਬ ਨੇ ਬਣਾਇਆ, ਹੋਰ ਵੀ ਕਈ ਬਣੇ ਜਿਹੜੇ ਆ, ਇਹ ਜਿੰਨੇ ਸਾਰੇ ਆ ਇਹ ਗੁਰਚਰਨ ਸਿੰਘ ਟਾਉਣਾ ਤਾਂ ਵੱਡੇ ਤਾਂ ਨਹੀਂ ਹੈ ਨਾ। ਸੋ ਇਹ ਪਿਛਲੀਆਂ ਜਿਹੜੇ ਇਤਿਹਾਸ ਇਹਨਾਂ ਗੱਲਾਂ ਦਾ ਗਵਾਹ ਹੈ, ਪਰ ਮੈਂ ਇਹ ਗੱਲ ਕਰਦਾ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਮਾਰਨ।
ਕਿ ਜੋ ਕੁਛ ਉਹਨਾਂ ਨੇ ਪਿਛਲੇ ਸਮੇਂ ਕੀਤਾ ਪੰਜ ਇਲੈਕਸ਼ਨਾਂ 'ਚ ਇਸੇ ਹੀ ਜਿਹੜੇ ਦੋਸ਼ ਅੱਜ ਦਿੱਤੇ ਪੰਜ ਇਲੈਕਸ਼ਨਾਂ 'ਚ ਉਹਨਾਂ ਨੇ ਟਿਕਟਾਂ ਲਈਆਂ, ਉਹਨਾਂ ਨੇ ਪਾਰਟੀ ਦੇ ਪ੍ਰਤੀ ਵਫ਼ਾਦਾਰੀ ਦਾ ਝੰਡਾ ਦਿਖਾਇਆ ਅਤੇ ਪਾਰਟੀ ਪ੍ਰਧਾਨ ਦੀ ਬੱਲੇ ਬੱਲੇ ਕੀਤੀ। ਇਹ ਅੱਜ ਜ਼ਮੀਰ ਪੰਜ ਇਲੈਕਸ਼ਨ ਤੋਂ ਬਾਅਦ ਜਾਗੀ ਆ, ਫਿਰ ਵੀ ਅਸੀਂ ਕਹਿੰਦੇ ਹਾਂ ਵੀ ਚਲੋ ਦੇਰ ਆਏ ਦਰੁਸਤ ਆਏ, ਚੰਗੀ ਗੱਲ। ਪਾਰਟੀ ਕੇ ਨੇਤਾ ਹੋ, ਆਪਕੋ ਕਿਆ ਲੱਗਤਾ ਹੈ ਕਿ ਕਾਰਵਾਈ ਉਨ ਪੇ ਹੋਣੀ ਚਾਹੀਏ? ਦੇਖੋ, ਇਹ ਪਾਰਟੀ ਦੀ ਜਿਹੜੀ ਸਾਡੀ ਇਹ ਲੀਡਰਸ਼ਿਪ ਆ, ਜਿਹੜੀ ਅਨੁਸ਼ਾਸਨੀ ਕਮੇਟੀ ਆ, ਉਹ ਇਸ ਗੱਲ ਲਈ ਬਹੁਤ ਜ਼ਿਆਦਾ ਸਿਆਣੀ ਆ, ਆਉਣ ਵਾਲੇ ਦਿਨਾਂ ਵਿੱਚ ਫੈਸਲੇ ਕਰੇਗੀ। ਪਾਰਟੀ ਦੇ ਵਿੱਚ ਆਪਣੇ ਆਪ ਨੂੰ ਪਾਰਟੀ ਦਾ ਹਿੱਸਾ ਕਹਿ ਕੇ ਅਤੇ ਪਾਰਟੀ ਦੇ ਪ੍ਰਧਾਨ ਦੇ ਖਿਲਾਫ਼ ਜਾਂ ਪਾਰਟੀ ਨੂੰ ਕਮਜ਼ੋਰ ਕਰਨ ਲਈ ਇੱਕ ਬਗਾਵਤ ਕਰਨੀ, ਤਾਂ ਉਹ ਲੋਕ ਆਪਣੇ ਆਪ ਹੀ ਇਖਲਾਕੀ ਤੌਰ 'ਤੇ ਮੰਨ ਲੈਣ ਕਿ ਅਸੀਂ ਆਪਣਾ ਅਕਾਲੀ ਦਲ ਬਣਾ ਰਹੇ ਹਾਂ, ਬਣਾ ਲੈਣ, ਕੋਈ ਇਤਰਾਜ਼ ਨਹੀਂ। ਧੰਨਵਾਦ। ਤੋ ਹਮਾਰੇ ਸਾਥ ਗੁਰਚਰਨ ਸਿੰਘ ਗਰੇਵਾਲ ਸਾਹਿਬ ਥੇ, ਜਿਨ੍ਹੋਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਰਵੋੱਚ ਸੰਸਥਾ ਹੈ ਔਰ ਉਹਨੇ ਅਗਰ ਪ੍ਰਧਾਨ ਕੋ ਕਹਾ ਹੈ ਤੋ ਬਹੁਤ ਬੜੀ ਬਾਤ ਹੈ ਕਿ ਦੋ ਪਾਸੇ ਹੋਏ ਹੈ, ਲੇਕਿਨ ਉਸਕੇ ਬਾਅਦ ਵੀ ਉਨਸੇ ਜਵਾਬ ਮੰਗਾ ਹੈ ਤੋ ਉਹ ਜਵਾਬ ਅਵਸ਼ਯ ਦੇਂਗੇ। ਔਰ ਜਿਸ ਤਰ੍ਹਾਂ ਸੇ ਬਾਗੀ ਗੁੱਟ ਬਣਾ ਹੈ ਵੋ ਆਪਣੇ ਆਪ ਦੇਖੇ, ਅਨੁਸ਼ਾਸਨ ਸਮਿਤੀ ਜੋ ਹੈ ਵੋ ਉਸਕੇ ਉੱਪਰ ਕੋਈ ਕਾਰਵਾਈ ਕਰੇਗੀ ਅਗਰ ਕੋਈ ਫੈਸਲਾ ਲੇਤੀ ਹੈ ਤੋ। ਕੈਮਰਾਮੈਨ ਸਨੀ ਸਿੱਧੂ ਕੇ ਸਾਥ ਅੰਕਿਤ ਉਦਾਨੀ, ਨਿਊਜ਼ 18, ਚੰਡੀਗੜ੍ਹ।